ਤੇ ਉਹਨੇ ਮੈਨੂੰ ਇੱਕ ਮੈਪ ਦੇ ਦਿੱਤਾ ਤੇ ਉਸ ਮੈਪ ਦਾ ਨਾਮ ਟੈਂਪਲ ਮੈਪ ਹੈ ਤੇ ਆ ਵੇਖ ਟੈਂਪਲ ਮੈਪ ਤੇ ਇਹਦੇ ਵਿੱਚ ਮੈਨੂੰ ਇੱਕ ਅਜੀਬ ਜਿਹੀ ਚੀਜ਼ ਦਿਖੀ ਹੈ ਕਿ ਉਹ ਪਹਾੜ ਜੇ ਤੇ ਕਾਲਾ ਕਾਲਾ ਕੁਝ ਹੈਗਾ ਤੇ ਚੱਕਣ ਨੂੰ ਚੈੱਕ ਕਰਾਂਗੇ ਤੇ ਪਰ ਉਹਦੇ ਵਾਸਤੇ ਆਪਾਂ ਨੂੰ ਪਹਿਲਾਂ ਕੁਝ ਖਾਣ ਪੀਣ ਕੀ ਪਦਾਰਥ ਤੇ ਜੁੰਬੀ ਜੁੰਬੀ ਹੋਣਾ ਕਿ ਆਪਣਾ ਮਾਰ ਮੋਰ ਨਾ ਦੇਣ ਤਾਂ ਆਪਾਂ ਥੋੜ੍ਹਾ ਜਿਹਾ ਖਾਣ ਪੀਣ ਲੈ ਜਾਵਾਂਗੇ ਆਪਾਂ ਨਾਲ ਉਹਦਾ ਅਤੇ ਪੋਟੈਟੋ ਲੈ ਜਾਂਦੇ ਹਾਂ ਅਤੇ ਬਸ ਅਤੇ ਬ੍ਰੈਡ ਬ੍ਰੈਡ ਇੱਕ ਕੁਕੀ ਹੈਗਾ ਇੱਕ ਲੈ ਜਾਂਦੇ ਹਾਂ ਅਤੇ ਬਸ ਥੋੜ੍ਹੀ ਜਿਹੀ ਆਂਡਾ ਜਿੱਥੇ ਰੱਖ ਦਿੰਦੇ ਹਾਂ ਅਤੇ ਟੈਕਸਟ ਬੁੱਕਸ ਲੈ ਜਾਂਦੇ ਹਾਂ ਕੀ ਪਤਾ ਉੱਥੇ ਕੁਛ ਮਿਲ ਜਾਵੇ ਆਪਾਂ ਨੂੰ ਅਤੇ ਆਹ ਪਿਛਲੀ ਮੈਂ ਵੀਡੀਓ ਨੂੰ ਬਣਾਈ ਵੈਸੇ ਇਹਦੀ ਅਤੇ ਮੈਂ ਗੋਲਡ ਐਨਸ਼ੈਂਟਿਡ ਮਿਲੀ ਸੀਗੀ ਗੋਲਡਨ ਸੋਡ ਐਨਸ਼ੈਂਟਿਡ ਅਨਬ੍ਰੇਕਿੰਗ ਲੱਗੀ ਹੋਈ ਸੀ ਅਤੇ ਅਨਬ੍ਰੇਕਿੰਗ ਕਿੰਨੇ 2 ਲੱਗੀ ਹੋਈ ਸੀ ਅਤੇ ਇਹ ਮੈਨੂੰ ਮਿਲੀ ਤੁਹਾਨੂੰ ਵਿਖਾਊਂਗਾ ਮੈਂ ਜਾ ਕੇ ਵਿਖਾਉਣਾ ਅਤੇ ਮੈਨੂੰ ਇੱਥੇ ਮੈਂ ਖੁਦਾਈ ਕਰਦਾ ਪਿਆ ਸੀਗਾ ਅੱਜ ਤੁਰਦਾ ਫਿਰ ਜਾਂਦਾ ਜਾਂਦਾ ਜੀ ਇੱਕ ਤਾਂ ਖੜ ਜਾ ਤਿੰਨ ਕੁ ਮੈਂ ਦੱਸਦਾ ਅਤੇ ਜਾਂਦਾ ਪਿਆ ਸੀ ਉੱਥੇ ਉੱਥੇ ਤੁਰਿਆ ਜਾਂਦਾ ਮੈਨੂੰ ਰਾਹ 'ਚ ਥਾਂ ਜੀ ਵੇਖੀ ਅਤੇ ਮੈਂ ਹੈਰਾਨ ਹੋ ਗਿਆ ਅਤੇ ਮੈਂ ਲਾਲ ਜਾਂ ਬ੍ਰੈਡ ਨੈਦਰ ਰੈਕ ਪਏ ਸੀ ਉੱਥੇ ਬਾਵਾ ਸਾਰੇ ਅਤੇ ਉੱਥੋਂ ਮੈਨੂੰ ਮਿਲੇ ਸੀ ਐਨਸ਼ੈਂਟਿਡ ਸਵੋਰਡ ਅਤੇ ਹੈਲਮੈਟ ਅਤੇ ਮੈਨੂੰ ਲੱਗਾ ਕਿ ਚੈਸਟ ਹੋਵੇਗੀ ਲੱਭ ਕੇ ਜਾ ਕੇ ਅਤੇ ਇੱਧਰ ਜਾ ਕੇ ਤੁਹਾਨੂੰ ਵਿਖਾਉਣਾ ਫਿਰ ਜਾ ਕੇ ਮੈਂ ਅਤੇ ਮੈਂ ਅੱਪੜ ਗਿਆ ਸੀ ਫਿਰ ਉਸ ਥਾਂ 'ਤੇ ਤੁਰਦੇ ਤੁਰਦੇ ਵਾਹਵਾ ਦੂਰ ਆ ਕੇ ਮੈਂ ਆਪਣੇ ਘਰ ਤੋਂ ਅਤੇ ਇੱਥੇ ਆ ਰਹੇ ਇੱਥੋਂ ਮਿਲਿਆ ਸੀ ਮੈਨੂੰ ਖਜ਼ਾਨਾ ਜਿਹਾ ਬਾਅਦ ਸਾਰੇ ਨੈਦਰ ਰੈਕ ਵੀ ਪਏ ਸੀਗੇ ਅਤੇ ਇੱਥੋਂ ਮੈਂ ਉਹ ਚੜ ਗਿਆ ਅਤੇ ਮੈਂ ਜਾਂਦੇ ਜਾਂਦੇ ਮੈਨੂੰ ਉੱਥੇ ਚੈਸਟ ਜੀ ਲੱਭੀ ਚੈਸਟ ਦੇ ਵਿੱਚ ਸਮਾਨ ਪਿਆ ਸੀ ਵੱਜ ਸਾਰਾ ਅਤੇ ਇੱਥੋਂ ਆ ਕੇ ਆਪਾਂ ਕਿਸੇ ਦਿਨ ਉੱਥੇ ਨੈਦਰ ਰੈਕ ਵੀ ਲੈ ਜਾਂਗੇ ਅਤੇ ਆਕਸੀਜਨ ਨੂੰ ਪਿਆ ਸੀਗਾ ਉੱਤਰੀ ਆਕਸੀਜਨ ਨੂੰ ਪਿਆ ਸੀ ਅਤੇ ਵਾਧੂ ਸਮਾਨ ਸੀ ਇੱਥੇ ਜੀ ਟੈਸਟ ਇੱਕ ਹੀ ਲੱਭੀ ਕੀ ਤਾਂ 2 ਸਕਦੀਆਂ ਸੀ ਪਰ ਮੈਂ ਚੰਗੀ ਤਾਂ ਖਚਾਈ ਨਹੀਂ ਕੀਤੀ ਅਤੇ ਆਪਾਂ ਹੁਣ ਚੱਲ ਗਏ ਜਿੱਥੇ ਆਪਾਂ ਵੇਖਣ ਚੱਲੇ ਸੀ ਟੈਂਪਲ ਜੀ ਆਪਦਾ ਅਤੇ ਮੈਨੂੰ ਡਰ ਤਾਂ ਨਹੀਂ ਲੱਗਦਾ ਵੈਸੇ ਵੀ ਜੁੰਬੀ ਜੁੰਬੀ ਨਾ ਜਿਹੜੇ ਆਪਾਂ ਨੂੰ ਮਾਰ ਮੋਰ ਨਾ ਦੇਣਾ ਅਤੇ ਜਾ ਕੇ ਦੇਣੇ ਆਪਾਂ ਉੱਥੇ ਪੜਦੇ ਜਲਦੀ ਜਲਦੀ ਅਤੇ ਉਸ ਪਹਾੜੀ 'ਤੇ ਆ ਅਗਲੀ 'ਤੇ ਅਤੇ ਮੈਂ ਭੇਜ ਕੇ ਤਰ੍ਹਾਂ ਸਹੀ ਜਾਂਦਾ ਬੜੀ ਦੂਰ ਹੈ ਤਾਂ ਫਿਰ ਉੱਧਰ ਜਾਣਾ ਆਪਾਂ ਮੈਂ ਨਹੀਂ ਕੱਲ੍ਹ ਜਾਣਾ ਜੀ ਮੈਂ ਨਹੀਂ ਜਾਣਾ ਹਾਂ ਠੀਕ ਹੈ ਅਤੇ ਮੈਂ ਵੀ ਕਾਲ ਕਰਕੇ ਇੱਧਰ ਵੀ ਜਾਣਾ ਆਪਾਂ ਥੋੜ੍ਹਾ ਆਪਾਂ ਮੈਂ ਨਹੀਂ ਮਿਲਣਾ ਅਤੇ ਹੁਣ ਵੇਖਾਂਗੇ ਹੁੰਦਾ ਕੀ ਐਕਸਪਲੋਰ ਕਰਾਂਗੇ ਆਉਂਦਾ ਇੱਥੋਂ ਵੈਸੇ ਅਤੇ ਉਹ ਉੱਥੇ ਕਾਲਾ ਕਾਲਾ ਜਿਹਨੇ ਪੈਣਾ ਮੈਂ ਮਾੜਾ ਜਿਹਾ ਕਲਾ ਵੀਡੀਓ ਚੈੱਕ ਕਰਕੇ ਗਿਆ ਸੀ ਉਹਦੇ ਵਾਜਾ ਵੀਡੀਓ ਹੀ ਆਉਂਦੇ ਉੱਥੋਂ ਤਾਂ ਮੈਂ ਚੰਗੀ ਚੈੱਕ ਨਹੀਂ ਕੀਤਾ ਉਹਨੂੰ ਅਤੇ ਉੱਥੇ ਚੱਲ ਗਿਆ ਵੀਡੀਓ ਚੈੱਕ ਕਰਦਾ ਚੰਗੀ ਤਰ੍ਹਾਂ ਆਪਣਾ ਕੋਲ ਆਪਾਂ ਅੱਪੜ ਗਏ ਸੀ ਅਤੇ ਹੁਣ ਉੱਤੇ ਜਾਈਏ ਕਿ ਥੱਲੇ ਪਹਿਲਾਂ ਆਪਾਂ ਉੱਤੇ ਜਾ ਕਰ ਲੈਂਦੇ ਕਰਾਂ ਕੀ ਪਤਾ ਉੱਤੇ ਨਹੀਂ ਸਾਡੇ ਥੱਲੇ ਕਰ ਲਈਏ ਪਹਿਲਾਂ ਅਤੇ ਥੱਲੇ ਤਾਂ ਕੈਂਡਰ ਡਰੈਗਨ ਦੇ ਹੈੱਡ ਪਏ ਹੋਏ ਆ ਤਿੰਨ ਅਤੇ ਜਾਲੇ ਲੱਗੇ ਹੋਏ ਜਾਲੇ ਅਤੇ ਪੇਂਟਿੰਗ ਲੱਗੀਆਂ ਹੋਈਆਂ ਟੋਰਚ ਉਰਚ ਵਾਧੂ ਲੱਗੀਆਂ ਨੇ ਅਤੇ ਹੁਣ ਆਪਾਂ ਉੱਤੇ ਜਾ ਕੇ ਚੈੱਕ ਕਰਕੇ ਆਉਣੇ ਹਾਂ ਅਤੇ ਕੀ ਪਤਾ ਉੱਤੇ ਕੁਛ ਹੋਵੇ ਅਤੇ ਚੱਲ ਚੱਲਦੇ ਹਾਂ ਫਿਰ ਅਤੇ ਉੱਤੇ ਤਾਂ ਬਰਫ਼ ਪਈ ਹੈ ਅਤੇ ਕਮਰਾ ਹੈਗਾ ਇੱਕ ਅਤੇ ਕਮਰੇ ਨੂੰ ਚੈੱਕ ਕਰੀਏ ਇੱਕ ਰਾਂ ਆਹ ਵੀ ਤੋੜ ਦਿੰਦੇ ਆਪਾਂ ਚਾਲੇ ਜੇ ਸਾਫ ਜਲ ਚੰਗੀ ਤਰ੍ਹਾਂ ਸਾਫ ਕਰ ਕਰਕੇ ਫਿਰ ਆਪਾਂ ਇਹਨੂੰ ਚੈਸ ਦੇਖਾਂਗੇ ਕੀ ਉਹਦੇ ਵਿੱਚ ਕੀ ਜਾਣਾ ਕੀ ਨਹੀਂ ਹੋਵੇ ਅਤੇ ਚੈੱਕ ਕਰਦੇ ਹਾਂ ਆਪਾਂ ਜਲਦੀ ਜਲਦੀ ਦੇਖਦੇ ਕੀ ਹੈ ਲੱਗੇ ਇਹ ਉਹ ਬੁੱਕ ਐਨਸ਼ੈਂਟਿਡ ਬੁੱਕ ਹੈ ਲੱਗਦਾ ਕਿ ਨੈਦਰ ਰਾਈਟ ਦੀ ਨੈਦਰ ਰਾਈਟ ਦੀ ਪਿਕਐਕਸ ਮੇਰੇ ਕੋਲ ਡਾਇਮੰਡ ਦੀ ਹੈ ਅਤੇ 5 ਅਟੈਕ ਡਿਜਿਟ 2 ਕਰਨ ਡਿਜਿਟ ਨਹੀਂ ਹੈ ਹਾਂ 2 ਅੱਛੀ ਰਹਾ ਅਤੇ ਮੈਂ 6 ਪਲੱਸ ਅਟੈਕ ਅਤੇ ਬੁੱਕ
ਇਤਿਹਾਸ ਬੁੱਕ ਨੂੰ ਆਣਾ ਪਰ ਰੀਡ ਕਰਕੇ ਵੇਖਨੇ ਆ ਇਹ ਕੀ ਹੈ ਇਹਦੇ ਚ ਟ੍ਰੈਜ਼ਰ ਹੈਗਾ ਮੈਨੂੰ ਲੱਗਦਾ ਇਹ ਟ੍ਰੈਜ਼ਰ ਹੋਊਗਾ ਪਰ ਇੱਕ ਡਰਾਵਣੀ ਗੱਲ ਇੱਕ ਹੋਰ ਹੈਗੀ ਹੈ ਕਿ ਨਾ ਇੱਥੇ ਇੱਕ ਬੰਦਾ ਹੈ ਕਿਡੂ ਉਸ ਵਿੱਚ ਨੇ ਕੈਦ ਕਰਕੇ ਰੱਖਿਆ ਜਿਹੜਾ ਜਿਹੜੀ ਵਿੱਚ ਸੀ ਅਤੇ ਜਿਹੜੀ ਵਿੱਚ ਹੈਗੀ ਸੀ ਨਾ ਉਹਨੇ ਕੈਦ ਕਰਕੇ ਰੱਖਿਆ ਸੀ ਉਹ ਬੰਦੇ ਨੂੰ ਅਤੇ ਉਹਦਾ ਹੀ ਆ ਟੈਂਪਲ ਸੀਗਾ ਅਤੇ ਤਾਂ ਕਰਕੇ ਹੁਣ ਡਰ ਲੱਗਦਾ ਜੇ ਅੰਦਰ ਕਿੱਧਰ ਜਾਵਾਂ ਕਿੱਧਰ ਨਾ ਆ ਮੂੰਹ ਇੱਕ ਭੁੱਲ ਗਏ ਅਤੇ ਬੜੀ ਡਰਾਵਣ ਡਰਾਵਣੀ ਆਵਾਜ਼ਾਂ ਹੀ ਲੱਗਦਾ ਵਿੱਚ ਦੀ ਆਵਾਜ਼ ਉਹ ਅਤੇ ਜਾ ਕੇ ਵੇਹਨੇ ਆਪਾਂ ਉੱਧਰ ਕੀ ਇੱਧਰ ਟੋ ਥੱਲੇ ਪੌੜੀਆਂ ਜਾਂਦੀਆਂ ਪਈਆਂ ਨੇ ਅਤੇ ਇੱਧਰ ਤਲਵਾਰ ਕੱਢ ਲੈਂਦੇ ਪਹਿਲਾਂ ਹੀ ਆਪਾਂ ਵਿੱਚ ਵੀ ਸ਼ੂਗਰ ਬਚ ਗਈ ਆਪਾਂ ਮਿਹਨਤ ਮਾਰ ਦੇਣਾ ਸੀ ਗਨ ਪਾਊਡਰ ਮਿਲਿਆ ਇਹਦੇ ਕੋਲ ਤਾਂ ਆਪਾਂ ਨੂੰ ਅਤੇ ਹੁਣ ਆਪਾਂ ਉਸ ਥੱਲੇ ਜਾ ਕੇ ਵੇਹਨੇ ਹਾਂ ਥੱਲੇ ਕੀ ਹੈਗਾ ਜਾਲੇ 'ਚ ਫਸ ਗਏ ਉਹ ਥੱਲੇ ਵੇਹਨੇ ਜਾ ਕੇ ਕੀ ਹੈਗਾ ਟੋਰਚ ਵੀ ਲੱਗੀ ਹੋਈ ਥੱਲੇ ਅਤੇ ਚੈੱਕ ਕਰਦੇ ਹਾਂ ਆਪਾਂ ਮਗਰੋਂ ਆਵਾਜ਼ਾਂ ਹੀ ਆਉਂਦੀਆਂ ਪਈਆਂ ਹੁੰਦੀਆਂ ਉਹ ਵਿੱਚ ਦੀ ਆਵਾਜ਼ ਨਹੀਂ ਹੈਗੀ ਜਾਂ ਮਗਰ ਆਦਾ ਬੰਦੇ ਬੁੰਦੇ ਦੀ ਆਵਾਜ਼ ਰੱਖਿਆ ਤਾਂ ਉੱਤਰੀ ਆ ਰਿਹਾ ਉਹ ਬੰਦਾ ਜਿਹਨੂੰ ਕੈਦ ਕਰਕੇ ਰੱਖਿਆ ਨਾ ਇਹਨੂੰ ਆਪਾਂ ਛਡਾ ਲੈਂਦੇ ਹਾਂ ਮਾਰਤਾ ਤਾਂ ਨਹੀਂ ਕਿਤੇ ਵੀ ਕੱਖ ਛੱਡਦਾ ਉਹਦੀ ਅਤੇ ਮੈਂ ਉਹਨੂੰ ਛਡਾ ਤਾ ਅਤੇ ਉਹ ਆਪ ਚਲਾ ਗਿਆ ਥੈਂਕ ਯੂ ਥੈਂਕ ਯੂ ਕਰਕੇ ਅਤੇ ਉਹਦੇ ਬਦਲੇ ਮੈਨੂੰ ਆਕਾ ਫੈਂਟਮ ਮੈਂਬਰੀ ਦੇ ਕੇ ਚਲਾ ਗਿਫਟ ਦੇ ਤੌਰ 'ਤੇ ਅਤੇ ਮੈਂ ਰੱਖ ਲਿਆ ਅਤੇ ਹੁਣ ਆਪਾਂ ਕਹਿੰਦਾ ਅੱਗੇ ਖਜ਼ਾਨਾ ਪਿਆ ਦੋ ਚਸਟਾਂ ਪਈਆਂ ਕਹਿੰਦਾ ਉਹਦੇ ਵਿੱਚ ਖਜ਼ਾਨਾ ਤੂੰ ਲੈ ਲਈ ਅਤੇ ਮੈਂ ਠੀਕ ਹੈ ਅਤੇ ਉਹ ਪਿਕਿਕਸ ਨਾ ਤੁਰ ਜਾਂ ਅਤੇ ਕਹਿੰਦਾ ਲੈ ਲਈ ਅਤੇ ਮੈਂ ਜਾਂਦਾ ਅਤੇ ਆਪ ਭੱਜ ਗਿਆ ਕਿਤੇ ਅਤੇ ਆਪ ਮੈਨੂੰ ਛੜੋ ਮੈਂ ਸ਼ਾਇਆ ਨਾ ਤਾਂ ਉਹਨੂੰ ਗਿਫਟ 'ਚ ਦੇ ਕੇ ਚਲਾ ਗਿਆ ਅਤੇ ਆਪ ਅਤੇ ਕਹਿੰਦਾ ਇੱਥੇ ਖਜ਼ਾਨਾ ਵਿਹਣਿਆ ਬੋਲੇ 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 ਪ੍ਰਿੰਸ ਮੈਰੀਨ ਗੋਲਡਨ ਕੈਰਟ ਡਾਇਮੰਡ ਵੀ ਹੈਗੇ ਆ ਐਂਸ਼ੈਂਟੀ ਟੈਂਪਲ ਗਲੋਸਟਨ ਡਸਟ ਓਹੋ ਹੋ ਹੋ ਸਾਰਾ ਉਹਨਾਂ 'ਚ ਫਿਰ ਰੱਖ ਲੈਂਦੇ ਹਾਂ ਜਿੰਨਾ ਖਜ਼ਾਨਾ ਮਿਲਿਆ ਆਪਾਂ ਨੂੰ ਅਤੇ ਮੈਨੂੰ ਉਮੀਦ ਨਹੀਂ ਸੀ ਇੰਨਾ ਵੱਡਾ ਖਜ਼ਾਨਾ ਮਿਲ ਜਾਏਗਾ ਓ ਹੋ 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 ਵਿੱਚ ਤਾਂ ਵਿੱਚ ਨੇ ਰੱਖੇ ਹੋਣੇ ਸਾਰਾ ਕੁਛ ਮੇਰਾ ਹੀ ਹੈ ਨਹੀਂ ਹੁਣ ਦੁਬਾਰ ਤੋਂ ਤਾਂ ਨਾ ਦੁਬਾਰ ਤੋਂ ਆਉਣਾ ਪੈ ਜਾ ਕਿਤੇ ਨਹੀਂ ਆ ਜਾਣਗੇ ਪੂਰੇ ਆ ਜਾਣਗੇ ਆ ਜਾਣਗੇ ਅਤੇ ਸਾਰਾ ਪਲ ਲੈ ਜਾਂਦੇ ਹਾਂ ਲੁੱਟ ਲੈਂਦੇ ਹਾਂ ਅਤੇ ਹੁਣ ਆਪਾਂ ਚੱਲਦੇ ਹਾਂ ਘਰੇ ਅਤੇ ਜਿਵੇਂ ਕਿਤੇ ਮੋਸਟਰ ਮੋਸਟਰ ਨਾ ਆਏ ਜਿੰਨਾ ਆਪਾਂ ਖੜ੍ਹੇ ਹਾਂ ਇੱਥੇ ਭੱਜ ਜਾਂਦੇ ਹਾਂ ਆਪਾਂ ਜਲਦੀ ਚੜ੍ਹ ਜਾਂਦੇ ਅਤੇ ਚੱਲਦੇ ਹਾਂ ਫਿਰ ਆਪਾਂ ਆਪਣੇ ਘਰੇ ਓਹ ਯਾਰ ਫਿਰ ਜਾਲੇ 'ਚ ਫਸ ਲੈ ਨਿਕਲ ਜਾਂਦੇ ਭੱਜ ਜਾਂਦੇ ਤਾਂ ਪੈ ਪੈ ਕੇ ਉਹ ਡਿੱਗ ਪੈਂਦਾ ਕੱਚ ਨਾ ਅਤੇ ਮਾੜੀ ਜਿਹੀ ਕਸਰ ਰਹਿ ਗਈ ਮੇਰੇ ਡਿੱਗ ਪੈਣਾ ਸੀ ਮੂੰਹ ਟੁੱਟ ਜਾਣਾ ਸੀ ਮੇਰਾ ਚਲੋ ਚੱਲਦੇ ਹਾਂ ਫਿਰ ਆਪਦੇ ਘਰੇ ਚੱਲਦੇ ਹਾਂ ਉੱਥੇ ਮੇਰਾ ਉਹ ਫਿਰ ਆਵਾਜ਼ਾਂ ਆਈਆਂ ਵੀ ਹੁੰਦੀਆਂ ਅਤੇ ਨਿਕਲਦੇ ਆਪਾਂ ਬੜੀ ਬੁਰੀ ਤਰ੍ਹਾਂ ਡਿੱਗਾ ਮੈਂ ਹੁਣ ਆਪਾਂ ਆਪਦੇ ਘਰੇ ਚੱਲਦੇ ਹਾਂ ਅਤੇ ਜਾਂ ਟੈਂਪਲ ਦੇ ਉਹ ਬਲੈਕ ਜਿਹੇ ਰੰਗ ਦੇ ਜਿਹੜੇ ਸਟੋਨ ਸੀ ਆਪਾਂ ਆਪਦੇ ਘਰੇ ਜਾ ਕੇ ਲਾ ਲਾਂਗੇ ਹੁਣ ਬਲੈਕ ਕਲਰ ਦੇ ਅਤੇ ਇੱਥੇ ਮੇਰਾ ਅੰਡਰਗਰਾਊਂਡ ਹੈਗਾ ਅਤੇ ਅੰਡਰਗਰਾਊਂਡ ਰੱਖਣੀ ਚਾਹੀਦੀ ਕਿ ਮੈਨੂੰ ਕਿੱਥੇ ਰੱਖਣੀ ਚਾਹੀਦੀ ਉਹ ਮੇਰੀ ਤਲਵਾਰ ਕਿਵੇਂ ਡਿੱਗ ਪਈ ਸੀ ਹਾਂ ਅਨ ਬ੍ਰੇਕ ਲੱਗੀ ਉਹਨੂੰ ਅਤੇ ਸਾਰਾ ਖਜ਼ਾਨਾ ਮੈਨੂੰ ਇੱਥੇ ਰੱਖਣਾ ਚਾਹੀਦਾ ਹੈ ਇੱਥੇ ਚੈਸਟ ਨਾ ਛੋਟੀ ਪੈ ਜੇ ਕਿਤੇ ਸਹੀ ਵੀ ਰੱਖ ਦਿੰਦਾ ਉਹਨਾਂ ਤੇਰਾ ਖਜ਼ਾਨਾ ਪੂਰਾ ਨਹੀਂ ਆਇਆ ਫਿਰ ਉਸ ਵੱਡੀ ਚੈਸਟ 'ਚ ਹੁਣ ਆਪਾਂ ਚੈਸਟ ਲੈ ਲੈਂਦੇ ਹਾਂ ਛੋਟੀ ਲੱਭ ਲੈਂਦੇ ਹਾਂ ਚੈਸਟ 'ਚ ਅਤੇ ਉਹਨੂੰ ਆਪਾਂ ਅੰਡਰਗਰਾਊਂਡ ਰੱਖਾਂਗੇ ਅਤੇ ਜਿਸ ਨਾਲ ਉਹ ਥੱਲੇ ਕੋਈ ਗੱਲ ਨਹੀਂ ਤਾਂ ਵੀ ਕੁਛ ਨਹੀਂ ਹੁੰਦਾ ਤਾਂ ਰੱਖਣ ਠਾਣ ਰੱਖਣਾ ਆਪਾਂ ਥੱਲੇ ਰੱਖ ਲਾਂਗੇ ਅਤੇ ਆਪ ਪਈਏ ਅਤੇ ਆਪ ਲੈ ਜਾਂਦੇ ਹਾਂ ਅਤੇ ਥੱਲੇ ਜਾ ਕੇ ਰੱਖ ਦਾਂਗੇ ਆਪਾਂ ਅਤੇ ਖੋਲ੍ਹ ਲੈਂਦੇ ਹਾਂ ਬੂਹੇ ਜੇ ਅਤੇ ਆ ਪੁੱਠੇ ਲੱਗ ਗਏ ਨੇ ਕੋਈ ਜਾਂ ਆਪਾਂ ਸੈੱਟ ਕਰ ਲਾਂਗੇ ਅਤੇ ਹੁਣ ਜਲਦੀ ਜਲਦੀ ਆਪਾਂ ਅੰਦਰ ਜਾ ਕੇ ਰੱਖ ਦਿੰਦੇ ਹਾਂ ਉਹਨੂੰ ਇੱਕ ਤਰ੍ਹਾਂ ਅਤੇ ਸਾਈਡ ਜਿਹੀ 'ਤੇ ਰੱਖ ਦਿੰਦੇ ਹਾਂ ਆਪਾਂ ਗੁੱਟ ਜੀ 'ਤੇ ਅਤੇ ਇਹ ਆਹ ਥਾਂ ਠੀਕ ਹੈ ਅਤੇ ਆਪਣੀ ਚੈਸਟ ਕਿਤੇ ਆ ਰਹੀ ਅਤੇ ਇਹਨੂੰ ਸਿਲੈਕਟ ਕਰਕੇ ਆਪਾਂ ਰੱਖ ਲੈਂਦੇ ਹਾਂ ਅਤੇ ਉੱਥੇ ਰੱਖ ਕੇ
ਹੁਣ ਆਪਾਂ ਸਾਰਾ ਜਿਹੜਾ ਖਜ਼ਾਨਾ ਜਾਏਗਾ ਸੀ ਬ੍ਰੈਡ ਬਰੂਟ ਅਤੇ ਬ੍ਰੈਡ ਬ੍ਰੈਡ ਕੀ ਰੱਖਣਾ ਅਤੇ ਆਪ ਕੈਕਸ ਰੱਖ ਦਿੰਦੇ ਅਤੇ ਬੁੱਕ ਰੱਖ ਦਿੰਦੇ ਹਾਂ ਅਤੇ ਆਪ ਸਾਰਾ ਕੁਛ ਟਰੱਕ ਰੁੱਕ ਕੇ ਅਤੇ ਚਲੋ ਜੀ ਠੀਕ ਹੈ ਫਿਰ ਇੰਨਾ ਵੱਧ ਅਤੇ ਮਿਲਦੇ ਹਾਂ ਫਿਰ ਆਪਾਂ ਅਗਲੀ ਵੀਡੀਓ 'ਚ ਅਤੇ ਲਾਈਕ ਸਬਸਕ੍ਰਾਈਬ ਕਰ ਦੇਣਾ ਜੇ ਵੀਡੀਓ ਚੰਗੀ ਲੱਗੀ ਹੋਵੇ ਤਾਂ ਓਕੇ ਬਾਏ ਫਿਰ।